ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਅਹਿਮ ਮੁੱਦੇ 'ਤੇ ਗੱਲ ਕਰਨੀ ਆ, ਜੋ ਆਪਣੇ ਦਿੱਲੀ ਚੱਲ ਰਿਹਾ ਕਿਸਾਨੀ ਮੋਰਚਾ, ਕਿਸਾਨੀ ਅੰਦੋਲਨ ਮੋਰਚਾ। ਮੇਰੀ ਬੇਨਤੀ ਇਹ ਆ ਕਿ ਇਹ ਨਾ ਸੋਚੋ ਕਿ ਜਿਹੜੇ ਕਿਸਾਨ ਆ, ਕਿਸਾਨ ਹੀ ਕਿਸਾਨਾਂ ਦਾ ਹੱਕ ਬਣਦਾ ਜਾਣਾ। ਜ਼ਰੂਰੀ ਨਹੀਂ ਹੈ ਕਿਸਾਨ ਹਰ ਇੱਕ ਵੀਰ ਦਾ ਬਣਦਾ ਜਾਣਦਾ ਉੱਥੇ ਹੱਕ। ਇਹ ਨਹੀਂ ਕਿ ਜਿਹੜੇ ਕਿਸਾਨ ਆ, ਜਿੰਨਾ ਕੋਲ ਪੈਲੀਆਂ ਵਾ, ਜੱਟ ਆ ਜਿਹੜੇ, ਉਹ ਜਾਣ। ਹਰ ਇੱਕ ਜਾਤੀ ਦਾ ਜਾ ਸਕਦਾ ਉੱਥੇ। ਜਿਹੜਾ ਕਿਹੜਾ ਇਹ ਕਿਸਾਨ ਆ, ਇਹਨਾਂ ਨੇ ਉਹ ਆ, ਜੇ ਅੱਗੇ ਕੰਮ ਪਾਇਆ, ਇਹਨਾਂ ਨੇ ਪੈਸੇ ਇਕੱਠੇ ਕਰਨ ਵਾਸਤੇ ਆ ਜਾਂਦੇ ਆ। ਉਹ ਕਿਸਾਨਾਂ ਕੋਲ ਪੈਸਾ ਵਾਧੂ, ਥੋੜ੍ਹਾ ਪੈਸਾ ਕਿਸਾਨਾਂ ਕੋਲ ਹੈਂ। ਐਵੇਂ ਜਾਣ ਕੇ ਜਿਹੜਾ ਕਿਹੜਾ ਉੱਠਦਾ ਕਹਿ ਦਿੰਦਾ ਕਿਸਾਨ। ਕਿਸਾਨ ਬੰਦੇ ਵਨ ਨੰਬਰ। ਬਾਕੀ ਮੇਰੇ ਵੀਰ, ਇਹ ਗੱਲ ਆ ਕਿ ਮੇਰੇ ਕਿਸੇ ਵੀਰ ਭਰਾ ਨੂੰ ਮੇਰੀਆਂ, ਮੇਰੇ ਅੰਦਰ ਭਾਵਨਾ, ਮੇਰੇ ਅੰਦਰ ਗੁੱਸਾ ਵਾ। ਜੇ ਕਿਸੇ ਮੇਰੇ ਵੀਰ ਭਰਾ ਨੂੰ ਗੁੱਸਾ ਲੱਗਦਾ ਨਾ, ਤਾਂ ਮੇਰਾ ਵੀਰ ਮੇਰੀਆਂ ਗੱਲਾਂ ਦਾ ਗੁੱਸਾ ਨਾ ਕਰੋ। ਮੈਂ ਜੋ ਕਹਿਣ ਡਿਆ ਸੱਚ ਕਹਿਣ ਡਿਆ। ਇਹ ਟਾਈਮ ਸਾਨੂੰ ਇਕੱਠੇ ਹੋਣ ਦਾ ਬਹੁਤ ਜ਼ਰੂਰੀ ਆ। ਏਕਤਾ, ਆਹ ਪੰਜ ਉਂਗਲਾਂ ਨਾ, ਇਕੱਲੀਆਂ ਇਕੱਲੀਆਂ, ਜੇ ਇਹਨੂੰ ਐਂ ਕਰ ਲਈਏ ਨਾ, ਤਾਂ ਜਿਹਦੇ ਵੀ ਵੱਜ ਗਈ ਉਹ ਗਿਆ। ਇਸ ਕਰਕੇ ਮੈਂ ਨਾ ਆਪਣੇ ਵੀਰ ਕਿਸਾਨ ਭਰਾਵਾਂ ਦੇ ਨਾਲ ਸਾਰੇ ਜੁੜੋ, ਅਤੇ ਹਰ ਇੱਕ ਪਿੰਡ ਦੇ ਵਿੱਚ ਇੱਕ ਇੱਕ ਦੋ ਦੋ ਘਰ ਦੇ ਮੈਂਬਰ ਜ਼ਰੂਰ ਜਾਣ, ਵਾਰੀ ਬੰਨ ਲੈਣ। ਇੱਕ ਦਿਨ ਆਹ ਘਰ 'ਚੋਂ ਜਾਣੇ, ਇੱਕ ਦਿਨ ਆਹ ਘਰ 'ਚੋਂ। ਅਤੇ ਜਿਹੜਾ ਮੋਦੀ ਆ ਨਾ, ਮੋਦੀ ਇਹ ਬਈ, ਤੁਹਾਨੂੰ ਮੈਂ ਦੱਸਾਂ, ਇਹ ਇੱਦਾਂ ਸੂਤ ਨਹੀਂ ਆਉਣਾ, ਇਹ ਜੱਟਾਂ ਨੇ ਸੂਤ ਕਰਨਾ, ਜੱਟਾਂ ਨੇ। ਮੋਦੀ ਸਾਨੂੰ ਐਵੇਂ ਸਮਝਦਾ, ਜੱਟਾਂ ਨੂੰ ਆਹ ਬੈਰੀਕੇਡ ਜਿਹੇ ਦੇ ਗਏ। ਅਸੀਂ ਆਪਣੇ ਜਿਹੜੇ ਕਿਸਾਨੀ ਮੋਰਚੇ ਦੇ ਸਾਡੇ ਆਪਣੇ ਆਗੂ ਆ, ਇਹ ਕੋਈ ਲੈ ਲੈਣਾ ਫੈਸਲਾ, ਅਤੇ ਆਹ ਬੈਰੀਕੇਡ 'ਤੇ ਉੱਡਦੇ ਜਾਣੇ ਹਵਾ 'ਚ ਐਂ ਕਰਕੇ ਐਂ। ਕਿਸਾਨ ਵੀਰ ਅਜੇ ਚੁੱਪ ਆ, ਤਾਂ ਕਰਕੇ ਸਾਡੇ ਕਿਸਾਨ ਆਗੂ ਅਜੇ ਕੋਈ ਫੈਸਲਾ ਨਹੀਂ ਕਰਨ ਡੇ। ਬਾਕੀ ਮੇਰੇ ਵੀਰ ਭਰਾਵਾਂ ਸਾਰਿਆਂ ਨੂੰ ਬੇਨਤੀ ਆ ਕਿ ਹਰ ਇੱਕ ਵੀਰ ਮੇਰਾ ਜਾਓ, ਜ਼ਰੂਰ ਜਾਓ। ਅਤੇ ਬਾਕੀ ਜਿਹੜੇ ਕਹਿ ਦਿੰਦੇ ਆ ਨਾ ਕਿਸਾਨ ਉਹ ਜੇ ਆ, ਆਪਾਂ ਲੋਕਾਂ ਨੇ, ਕਿਸਾਨਾਂ ਨੇ ਫਿਰ ਵੀ ਹਰ ਇੱਕੋ ਪੈਲੀ ਆ, ਆਪਣਾ ਢਿੱਡ ਭਰ ਲਾਂਗੇ। ਜਿਹੜੇ ਆਮ ਲੋਕ ਆ, ਉਹਨਾਂ ਨੇ ਹਰ ਇੱਕ ਚੀਜ਼ ਮੁੱਲ ਲੈਣੀ, ਉਹਨਾਂ ਨੂੰ ਉਹਨਾਂ ਦਾ ਜ਼ਿਆਦਾ ਜਾਣਾ ਜ਼ਰੂਰੀ ਆ। ਇਸ ਕਰਕੇ ਮੇਰੇ ਵੀਰ, ਹਰ ਇੱਕ ਜਾਤੀ ਦਾ ਮੇਰਾ ਵੀਰ ਜਾਓ, ਠੀਕ ਆ ਮੇਰੇ ਵੀਰ? ਅਤੇ ਲੱਖਾ ਸਧਾਣਾ ਆਪਣਾ ਵੀਰ ਹੋ ਗਿਆ, ਲੱਖਾ ਅਤੇ ਭਾਨਾ ਸਿੱਧੂ ਵੀਰ, ਇਹ ਬਹੁਤ ਵਧੀਆ ਬੰਦੇ ਨੇ। ਮੈਂ ਨਾ ਧੱਕੀਆਂ ਲਵਾ ਦਿੰਦੇ, ਧੱਕੀਆਂ। ਅਤੇ ਬਾਕੀ ਮੇਰੇ ਵੀਰ ਠੀਕ ਆ, ਗੱਲਾਂ ਤਾਂ ਬਹੁਤ ਨੇ ਕਰਨ ਵਾਲੀਆਂ, ਪਰ ਚਲੋ ਆਪਾਂ ਨੂੰ ਅੱਜ ਭਾਵਨਾ ਦਿਲ 'ਚ ਅਸੀਂ ਕਰਦੀਆਂ ਗੱਲਾਂ ਤੁਹਾਡੇ ਨਾਲ। ਅਤੇ ਕਿਸਾਨੀ ਮੋਰਚੇ 'ਤੇ ਜ਼ਰੂਰ ਮੇਰੇ ਵੀਰ ਜਾਓ, ਠੀਕ ਆ ਜੀ? ਅਤੇ ਬਾਕੀ ਮੇਰੇ ਕਿਸੇ ਵੀਰ ਭਰਾ ਨੂੰ ਮੇਰੀਆਂ ਗੱਲਾਂ ਦਾ ਗੁੱਸਾ ਲੱਗਾ ਏ, ਗੁੱਸਾ ਨਾ ਕਰਿਓ, ਅਤੇ ਮੇਰੇ ਵੀਰ ਜ਼ਰੂਰ ਜਾਓ। ਮੈਂ ਤੁਹਾਨੂੰ ਕਹਿਣ ਡਿਆ ਜ਼ਰੂਰ ਜਾਓ। ਕਿਸਾਨ ਅੰਦੋਲਨ ਜਿੰਦਾਬਾਦ। ਮੁਰਦੀ ਨੂੰ, ਮੋਦੀ ਜਿਹੜਾ ਨਾ, ਮੋਦੀ ਉਹਨੂੰ ਬਾਈਕਾਟ ਕਰ ਦਿਓ, ਬਾਈਕਾਟ। ਇਹਦੀ ਹੁਣ ਪੰਜਾਬ 'ਤੇ ਆਖਾ, ਪੰਜਾਬ 'ਤੇ ਮੋਦੀ ਆ, ਪੁੱਠਾ ਪੰਗਾ ਲੈ ਲਿਆ ਜੱਟਾਂ ਨਾਲ, ਪੁੱਠਾ ਪੰਗਾ, ਸਮਝ ਗਿਆ ਨਾ ਪੁੱਤ? ਚਲੋ ਠੀਕ ਆ ਮੇਰੇ ਵੀਰ, ਸਤਿ ਸ਼੍ਰੀ ਅਕਾਲ। ਅਤੇ ਬਾਕੀ ਮੇਰੇ ਵੀਰ, ਮੇਰੇ ਲਾਈਕ ਕਰਿਓ ਵੀਡੀਓ ਨੂੰ, ਅਤੇ ਸ਼ੇਅਰ ਕਰਿਓ। ਸਤਿ ਸ਼੍ਰੀ ਅਕਾਲ।